ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਤੇ ਹੁਣ ਕਾਂਗਰਸ ਵਿਧਾਇਕ ਰਾਜ ਕੁਮਾਰ ਵੀਰਕਾ ਉਹਨਾਂ ਨੂੰ ਮਨਾਉਣ ਦੇ ਲਈ ਪਹੁੰਚੇ ਸੀ। ਮਹਿੰਦਰ ਕੇਪੀ ਦੇ ਉਹ ਘਰ ਪਹੁੰਚੇ। ਦਰਅਸਲ ਟਿਕਟ ਨਾ ਮਿਲਣ ਨੂੰ ਲੈ ਕੇ ਮਹਿੰਦਰ ਕੇਪੀ ਪਾਰਟੀ ਦੇ ਨਾਲ ਨਾਰਾਜ਼ ਚੱਲ ਰਹੇ ਨੇ ਤੇ ਉਹਨਾਂ ਨੇ ਇਸ ਨੂੰ ਖੁਦ ਦਾ ਸਿਆਸੀ ਕਤਲ ਪਾਰਟੀ ਦੇ ਵੱਲੋਂ ਕਰਾਰ ਦਿੱਤਾ ਸੀ। ਬੀਤੇ ਦਿਨ ਦੀ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਵੀ ਉਹਨਾਂ ਨੂੰ ਮਿਲਾਉਣ ਲਈ ਪਹੁੰਚੇ ਸੀ। ਇਸ ਤੋਂ ਪਹਿਲਾਂ ਜਦੋਂ ਪਹਿਲੇ ਦਿਨ ਹੀ ਉਹਨਾਂ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਗਈ ਸੀ ਤਾਂ ਜਲੰਧਰ ਸੀਟ ਤੋਂ ਜੋ ਪਾਰਟੀ ਨੇ ਮੌਜੂਦਾ ਉਮੀਦਵਾਰ ਐਲਾਨੇ ਹੋਏ ਨੇ ਸੰਤੋਖ ਚੌਧਰੀ, ਉਹ ਵੀ ਉਹਨਾਂ ਨੂੰ ਮਨਾਉਣ ਦੀ ਨਾਕਾਮ ਕੋਸ਼ਿਸ਼ ਕਰ ਚੁੱਕੇ ਨੇ। ਮਹਿੰਦਰ ਕੇਪੀ ਇੱਥੋਂ ਤੱਕ ਐਲਾਨ ਕਰ ਚੁੱਕੇ ਨੇ ਕਿ ਜੇਕਰ ਪਾਰਟੀ ਉਹਨਾਂ ਦੇ ਇਤਰਾਜ਼ ਦੇ ਉੱਤੇ ਮੁੜ ਤੋਂ ਵਿਚਾਰ ਨਹੀਂ ਕਰਦੀ ਤੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਉਹ ਆਜ਼ਾਦ ਤੌਰ ਦੇ ਉੱਤੇ ਚੋਣ ਲੜਨ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਚੋਣ ਲੜਨ ਤੇ ਵਿਚਾਰ ਕਰ ਸਕਦੇ ਨੇ। ਫਿਲਹਾਲ ਉਹ ਆਪਣੇ ਪਰਿਵਾਰ ਦੀ ਉਡੀਕ ਕਰ ਰਹੇ ਨੇ ਜੋ ਫਿਲਹਾਲ ਵਿਦੇਸ਼ ਗਿਆ ਹੋਇਆ ਹੈ। ਮਹਿੰਦਰ ਕੇਪੀ ਨੇ ਕਿਹਾ ਹੈ ਕਿ ਉਹ ਆਪਣੇ ਸਮਰਥਕਾਂ ਤੇ ਪਰਿਵਾਰ ਨਾਲ ਵਿਚਾਰ ਕਰਨ ਤੋਂ ਬਾਅਦ ਫੈਸਲਾ ਕਰਨਗੇ ਕਿ ਉਹਨਾਂ ਨੂੰ ਆਜ਼ਾਦ ਚੋਣ ਲੜਨੀ ਚਾਹੀਦੀ ਹੈ ਜਾਂ ਨਹੀਂ। ਤੇ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ। ਮਹਿੰਦਰ ਕੇਪੀ ਪਿਛਲੀ ਕੈਪਟਨ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਵੀ ਰਹੇ ਨੇ। ਪਿਛਲੀ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਨੇ ਹੁਸ਼ਿਆਰਪੁਰ ਸੀਟ ਤੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਉੱਥੇ ਵਿਜੇ ਸਾਂਪਲਾ ਨੇ ਉਹਨਾਂ ਨੂੰ ਹਰਾ ਦਿੱਤਾ ਸੀ। ਫਿਲਹਾਲ ਉਹਨਾਂ ਨੇ ਦਾਅਵੇਦਾਰੀ ਜਲੰਧਰ ਸੀਟ ਤੋਂ ਪੇਸ਼ ਕੀਤੀ ਸੀ ਆਪਣੀ ਦਾਅਵੇਦਾਰੀ। ਵਧੇਰੇ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੋਦ ਸੱਬਰਵਾਲ ਫੋਨ ਲਾਈਨ 'ਤੇ ਮੌਜੂਦ ਨੇ। ਵਿਨੋਦ, ਲਗਾਤਾਰ ਕੋਸ਼ਿਸ਼ਾਂ ਮਹਿੰਦਰ ਕੇਪੀ ਨੂੰ ਮਨਾਉਣ ਦੀਆਂ ਜਾਰੀ ਨੇ। ਵੇਰਕਾ ਦੇ ਨਾਲ ਹੋਰ ਕਿਹੜੇ ਕਿਹੜੇ ਆਗੂ ਉੱਥੇ ਪਹੁੰਚੇ ਹੋਏ ਸੀ ਅਤੇ ਕੀ ਮਹਿੰਦਰ ਕੇਪੀ ਮੰਨਦੇ ਹੋਏ ਨਜ਼ਰ ਆ ਰਹੇ ਨੇ? ਜੀ ਬਿਲਕੁਲ, ਲਗਾਤਾਰ ਜਿਹੜੀਆਂ ਇਹ ਕਾਂਗਰਸ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਦੀਆਂ। ਇਸ ਤਰ੍ਹਾਂ ਕਿ ਪਹਿਲੇ ਜਿਹੜੇ ਸਰਪੰਚ ਸਿੰਘ ਚੌਧਰੀ ਜਿਹੜੇ MP ਦੇ ਟਿਕਟ ਜਿਨ੍ਹਾਂ ਨੇ ਲਿਖੀ ਹੈ ਉਹ ਉੱਥੇ ਪਹੁੰਚੇ ਸਨ। ਉੱਥੇ ਬਾਅਦ ਜਿਹੜੇ ਕੈਬਨਿਟ ਮੰਤਰੀ ਪਹੁੰਚੇ ਤੇ ਅਤੇ ਰਾਜ ਕੁਮਾਰ ਵੇਰਕਾ ਵੀ ਉਹਨਾਂ ਨੂੰ ਮਨਾਉਣ ਲਈ ਉੱਥੇ ਪਹੁੰਚੇ ਤਾਂ, ਪਰ ਹਜੇ ਉਹਨਾਂ ਦੇ ਵਿੱਚ ਗੱਲਬਾਤ ਜਿਹੜੀ ਹੈ ਇਸ ਬਾਰੇ ਚੱਲ ਰਹੀ ਹੈ। ਇਸ ਤੱਕ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਮਹਿੰਦਰ ਸਿੰਘ ਕੇਪੀ ਉਹਨਾਂ ਦੇ ਨਾਲ ਜਿਹੜਾ ਸਮਰਥਨ ਦੇਣਗੇ ਜਾਂ ਨਹੀਂ। ਵਿਨੋਦ, ਕੀ ਲੱਗਦਾ ਹੈ ਮਹਿੰਦਰ ਕੇਪੀ ਨੂੰ ਲੈ ਕੇ ਅੱਗੇ ਕੀ ਕੁਝ ਸੰਭਾਵਨਾਵਾਂ ਉਹਨਾਂ ਨੇ ਜ਼ਾਹਰ ਕੀਤੀਆਂ ਨੇ? ਪਰਿਵਾਰ ਦੀ ਉਹਨਾਂ ਨੇ ਕਿਹਾ ਕਿ ਉਡੀਕ ਕਰ ਰਹੇ ਨੇ, ਉਹ ਕਦੋਂ ਤੱਕ ਉਹਨਾਂ ਦਾ ਪਰਿਵਾਰ ਵਾਪਸ ਆ ਸਕਦਾ ਹੈ? ਤੇ ਫਿਲਹਾਲ ਜੇ ਅਸੀਂ ਗੱਲ ਕਰੀਏ ਤਾਂ ਕੀ ਕੁਝ ਮਾਹੌਲ ਉੱਥੇ ਬਣਿਆ ਹੋਇਆ, ਕੀ ਲੱਗਦਾ ਹੈ ਕਿ ਕਿੰਨੀ ਸੰਭਾਵਨਾ ਹੈ ਕਿ ਮਹਿੰਦਰ ਕੇਪੀ ਆਜ਼ਾਦ ਤੌਰ ਤੇ ਚੋਣ ਲੜ ਸਕਦੇ ਨੇ ਜਾਂ ਫਿਰ ਕਿਸੇ ਹੋਰ ਪਾਰਟੀ 'ਚ ਜਾ ਸਕਦੇ ਨੇ? ਜੀ ਬਿਲਕੁਲ, ਜਦੋਂ ਉਹਨਾਂ ਦੇ ਨਾਲ ਪਿਛਲੇ ਦਿਨੀ ਆਪਾਂ ਗੱਲਬਾਤ ਕੀਤੀ ਮਹਿੰਦਰ ਸਿੰਘ ਕੇਪੀ ਜੀ ਨਾਲ, ਉਹਨਾਂ ਨੇ ਦੱਸਿਆ ਕਿ ਮੇਰਾ ਜਿਹੜਾ ਰਾਜਨੀਤਿਕ ਕਤਲ ਕਰ ਦਿੱਤਾ ਗਿਆ ਹੈ, ਜਿਹੜਾ ਮੇਰੇ ਦੋ ਪੀੜ੍ਹੀਆਂ ਜਿਹੜੇ ਕਾਂਗਰਸ ਦੀਆਂ ਸੇਵਾ ਕਰ ਰਹੀਆਂ ਸਨ ਉਸਦਾ ਵੀ ਇਹਨਾਂ ਨੇ ਮਾਨ ਨਹੀਂ ਰੱਖਿਆ, ਜਿਹੜਾ ਮੈਨੂੰ ਇਹ ਟਿਕਟ ਨਹੀਂ ਦਿੱਤੀ ਗਈ। ਜਿਸ ਤਰ੍ਹਾਂ ਵੀ ਇਹਨਾਂ ਨੇ ਕਹਿੰਦੇ ਰਹੇ ਆਦਮਪੁਰ ਤੋਂ ਵੀ ਇਹਨਾਂ ਨੂੰ ਇਲੈਕਸ਼ਨ ਲੜਾਏ ਗਏ, ਫਿਰ ਵੀ ਉਹ ਅਮਰਿੰਦਰ ਸਿੰਘ ਕੇਪੀ ਨੇ ਆਦਮਪੁਰ ਜਾ ਕੇ ਇਲੈਕਸ਼ਨ ਲੜੇ, ਉਸ ਤੋਂ ਬਾਅਦ MP ਦੇ ਹੁਸ਼ਿਆਰਪੁਰ ਜਾ ਕੇ ਵੀ ਉਹਨਾਂ ਨੇ ਦੱਸਿਆ ਵੀ ਮੈਂ ਇਲੈਕਸ਼ਨ ਲੜੇ, ਫਿਰ ਵੀ ਉਸ ਤੋਂ ਬਾਅਦ ਵੀ ਜਿਹੜਾ ਹੈ ਉਹਨਾਂ ਨੇ ਜਿਹੜਾ ਐਡਜੀ ਰਮਦੇਸੀ ਕੀਤੀ ਗਈ। ਉਹਨਾਂ ਦਾ ਕਹਿਣਾ ਸੀ ਕਿ ਮੇਰੇ ਸਮਰਥਕ ਜਾਂ ਮੇਰੇ ਪਰਿਵਾਰ ਵਾਲੇ ਜਿੱਦਾਂ ਵੀ ਕਹਿਣਗੇ ਤੇ ਮੈਂ ਉਸੇ ਤਰ੍ਹਾਂ ਹੀ ਕਰੂੰਗਾ, ਜਾਂ ਮੈਨੂੰ ਅਜਾਬ ਲੜਨਾ ਪਿਆ ਤਾਂ ਮੈਂ ਅਜਾਬ ਲੜੂੰਗਾ, ਜਾਂ ਕਿਸੇ ਹੋਰ ਪਾਰਟੀ 'ਚ ਵੀ ਜਾਣਾ ਪਿਆ ਤੇ ਮੈਂ ਆਪਣੇ ਜਿਹੜੇ ਸਮਰਥਕ ਨੇ ਉਹਨਾਂ ਵਾਸਤੇ ਜਾਊਂਗਾ ਜੀ। ਤੇ ਵਿਨੋਦ, ਕੀ ਮਹਿੰਦਰ ਕੇਪੀ ਕਿਸੇ ਹੋਰ ਪਾਰਟੀ ਦੇ ਸੰਪਰਕ ਵਿੱਚ ਹੈਗੇ ਨੇ ਇਸ ਵੇਲੇ? ਤੇ ਇੱਕ ਹੋਰ ਅਹਿਮ ਸਵਾਲ, ਜੇਕਰ ਉਹ ਆਜ਼ਾਦ ਲੜਦੇ ਨੇ ਤਾਂ ਕਿੰਨਾ ਕੁ ਅਸਰ ਜਿਹੜਾ ਹੈ ਉਹ ਕਾਂਗਰਸ ਦੇ ਉੱਤੇ ਇਸ ਨੂੰ ਲੈ ਕੇ ਪੈ ਸਕਦਾ? ਜੀ ਅਫਵਾਹਾਂ ਦੀ ਗੱਲ ਕਰੀਏ ਤਾਂ ਕਾਫੀ ਜਿਹੜੀਆਂ ਅਫਵਾਹਾਂ ਮਹਿੰਦਰ ਸਿੰਘ ਕੇਪੀ ਦੇ ਜਿਹੜੇ ਨਾਲ ਚੱਲ ਰਹੀਆਂ ਹਨ ਵੀ ਰੋਜ਼ ਹੀ ਕੋਈ ਨਾ ਕੋਈ ਨਵੀਂ ਗੱਲ ਸਾਹਮਣੇ ਆ ਰਹੀ ਹੈ ਵੀ ਮਹਿੰਦਰ ਸਿੰਘ ਕੇਪੀ ਅੱਜ ਕਿਸੇ ਪਾਰਟੀ ਵਿੱਚ ਨਾ ਸ਼ਾਮਿਲ ਹੋਣਗੇ ਤਾਂ ਆਜ਼ਾਦ ਲਈ ਘੋਸ਼ਣਾ ਕਰ ਸਕਦੇ ਹਨ, ਪਰ ਹਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਜੇ ਇਹਨਾਂ ਦੀ ਗੱਲ ਕਰੀਏ ਸਮਰਥਕਾਂ ਦੀ ਤੇ ਕਾਫੀ ਜ਼ੋਰ ਸ਼ੋਰ ਨਾਲ ਜਿਹੜੇ ਇਹਨਾਂ ਦੇ ਸਮਰਥਕ ਵੀ ਜਿਹੜੇ ਲੱਗੇ ਹੋਏ ਹਨ ਕਿ ਸਾਡਾ ਨੇਤਾ ਕਿਸੇ ਨਾ ਕਿਸੇ ਜਾਂ ਪਾਰਟੀ ਵਿੱਚ ਜਾਂ ਆਜ਼ਾਦ ਖੜਾ ਹੋਵੇ ਤੇ ਆਪਾਂ ਇਹਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਧੰਨਵਾਦ ਵਿਨੋਦ ਜਾਣਕਾਰੀ ਦੇ ਲਈ। ਸੋ ਲਗਾਤਾਰ ਅੰਦਰ ਖਾਤੇ ਖਬਰਾਂ ਇਹ ਵੀ ਨੇ ਕਿ ਵਿਰੋਧੀ ਪਾਰਟੀਆਂ ਵੀ ਲਗਾਤਾਰ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਪਰ ਫਿਲਹਾਲ ਮਹਿੰਦਰ ਕੇਪੀ ਨੇ ਆਪਣੇ ਪੱਤੇ ਪੂਰੀ ਤਰ੍ਹਾਂ ਨਹੀਂ ਖੋਲ੍ਹੇ ਨੇ। ਕਾਂਗਰਸ ਦੇ ਅੰਦਰ ਕਿਤੇ ਨਾ ਕਿਤੇ ਡਰ ਦਾ ਜਿਹੜਾ ਇੱਕ ਤਰ੍ਹਾਂ ਨਾਲ ਮਾਹੌਲ ਜ਼ਰੂਰ ਬਣ ਰਿਹਾ ਹੈ ਕਿ ਕੁਝ ਜਲੰਧਰ ਦੇ ਵਿੱਚ ਚੰਗਾ ਪ੍ਰਭਾਵ ਜਿਹੜਾ ਹੈ ਮਹਿੰਦਰ ਕੇਪੀ ਰੱਖਦੇ ਨੇ ਅਤੇ ਜੇਕਰ ਉਹ ਆਜ਼ਾਦ ਤੌਰ 'ਤੇ ਚੋਣ ਲੜਦੇ ਨੇ ਤਾਂ ਇਸ ਦਾ ਸਿੱਧੇ ਤੌਰ 'ਤੇ ਅਸਰ ਜਿਹੜਾ ਹੈ ਕਾਂਗਰਸ ਦੀ ਹਾਰ ਜਿੱਤ ਦੇ ਉੱਤੇ ਪੈਣਾ ਸੁਭਾਵਿਕ ਹੈ।